ਗਦਾਰ ਬਹੁਤ ਨੇਗੇ ਜੇਕਰ ਪੰਜਾਬ ਦੇ ਵਿੱਚ ਗਦਾਰ ਨਾ ਹੁੰਦੇ ਅੱਜ ਜਿਹੜੀ ਪੰਜਾਬੀ ਕੌਮ ਹੈ ਸਿੱਖ ਕੌਮ ਅੱਜ ਦੁਨੀਆ ਤੇ ਰਾਜ ਕਰਦੀ ਪਟਿਆਲੇ ਵਾਲੇ ਘਰਾਣੇ ਨੇ ਜਾਂ ਕੈਪਟਨ ਪਰਿਵਾਰ ਨੇ ਬੀਏ ਦੀ ਹਿਸਟਰੀ ਚੱਕ ਕੇ ਪੜ੍ਹ ਕੇ ਦੇਖ ਲਿਓ ਇਹਨਾਂ ਨੇ ਅੰਗਰੇਜ਼ਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਂਦਾ ਬਿਜ਼ਨਸਮੈਨ ਨੇ ਅਡਾਨੀ ਅਡਵਾਨੀ ਨੇ ਮੋਦੀ ਤਾਂ ਉਹਨਾਂ ਦੀ ਗੱਲ ਬੋਲੂਗਾ ਹੀ ਪਰ ਪੰਜਾਬ ਦੇ ਲੋਕੋ ਸਭ ਤੋਂ ਵੱਡੇ ਗਦਾਰ ਨੇ ਆਪਣੇ ਪੰਜਾਬ ਦੇ ਲੀਡਰ ਅਕਾਲੀ ਕਾਂਗਰਸੀ ਨੇ ਜਿਨ੍ਹਾਂ ਨੇ ਬਿੱਲ ਪਾਸ ਕਰਾਏ ਨੇਗੇ ਕੁਲਦੀਪ ਸਿੱਧੂ ਆ ਭਾਨਾ ਸਿੱਧੂ ਉਹਦੇ ਪਿੱਛੇ ਜਾਨ ਮਾਰ ਨੂੰ ਤਿਆਰ ਆ ਮੈਂ ਪਹਿਲਾਂ ਵੀ ਕਦੇ ਪਿੱਛੇ ਨਹੀਂ ਹਟਿਆ ਕਿਤੇ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਪਰ ਟੁੱਟ ਜਾਏ ਗੱਲਾਂ ਕਰਨੀਆਂ ਬੰਦ ਕਰ ਦਿਓ ਅਸੀਂ ਤੁਹਾਡੇ ਤੋਂ ਮੂਹਰੇ ਹੋ ਕੇ ਆਪਣੀਆਂ ਜਾਨਾਂ ਦੇਵਾਂਗੇ ਅਸੀਂ ਲੱਖੇ ਸਿਧਾਣਾ ਬਾਈ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਉਹਨੂੰ ਪੰਜਾਬ ਦੇ ਨੂੰ ਅੱਗੇ ਆਉਣਾ ਚਾਹੀਦਾ ਉਹ ਸਾਡਾ ਲੀਡਰ ਹੋਣਾ ਚਾਹੀਦਾ ਸਹਿਮਤ ਹੋ ਇਸ ਗੱਲ ਤੇ ਹੱਥ ਖੜੇ ਕਰਕੇ ਦੱਸੋ ਅਸੀਂ ਜਥੇਬੰਦੀਆਂ ਦੇ ਨਾਲ ਆ ਅਸੀਂ ਹਮੇਸ਼ਾ ਨਾਲ ਖੜੇ ਰਹਾਂਗੇ ਪਰ ਦੋ ਚਾਰ ਜਿਹੜੀਆਂ ਆਪਣੀਆਂ ਗਲਤੀਆਂ ਉਹਨਾਂ ਨੂੰ ਸੁਧਾਰ ਲਓ ਅਸੀਂ ਤੁਹਾਡੇ ਲਈ ਜਾਨਾਂ ਦੇਣ ਨੂੰ ਤਿਆਰ ਹਾਂ ਪਰ ਲਾਸਟ ਤੇ ਇੱਕ ਜਕਾਰਾ ਛੱਡੂਗਾ ਬਲੇ ਸੋਹਣਿਆ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰੇ ਨੌਜਵਾਨ ਭਰਾ ਭੈਣ ਭਰਾ ਅਤੇ ਮੇਰੇ ਬਾਪੂ ਮੇਰੀਆਂ ਮਾਮਾ ਭੈਣਾਂ ਪਹੁੰਚੇ ਨੇ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਲੇ ਸੋਹਣਿਆ ਪੰਜਾਬ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਹੈ ਪੰਜਾਬ ਅੱਜ ਆ ਧਰਨੇ ਤੇ ਬੈਠਣ ਲਈ ਕਿਉਂ ਮਜਬੂਰ ਹੈ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਦੇਖ ਲਓ ਬਰਫ ਹੀ ਬਰਫ ਪਈ ਰਹਿੰਦੀ ਹੈ ਇਸ ਦਾ ਕਾਰਨ ਕੀ ਆ ਕਾਰਨ ਇੱਕੋ ਹੀ ਆ ਕਿ ਪੰਜਾਬ ਦੇ ਵਿੱਚ ਗਦਾਰ ਬਹੁਤ ਨੇਗੇ ਜੇਕਰ ਪੰਜਾਬ ਦੇ ਵਿੱਚ ਗਦਾਰ ਨਾ ਹੁੰਦੇ ਅੱਜ ਜਿਹੜੀ ਪੰਜਾਬੀ ਕੌਮ ਹੈ ਸਿੱਖ ਕੌਮ ਅੱਜ ਦੁਨੀਆ ਤੇ ਰਾਜ ਕਰਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਅੰਗਰੇਜ਼ ਪੰਜਾਬ ਵੱਲ ਅੱਖ ਚੱਕ ਕੇ ਨਹੀਂ ਸੀ ਦੇਖਦੇ ਤੇ ਅੰਗਰੇਜ਼ ਪੰਜਾਬ ਦੇ ਵਿੱਚ ਆਏ ਤਾਂ ਆਏ ਕਿਵੇਂ ਪੰਜਾਬ ਦੇ ਗਦਾਰ ਅੰਗਰੇਜ਼ਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਏ ਆਹ ਜਿਹੜੇ ਪਟਿਆਲੇ ਵਾਲੇ ਘਰਾਣੇ ਨੇ ਜਾਂ ਕੈਪਟਨ ਪਰਿਵਾਰ ਨੇ ਬੀਏ ਦੀ ਹਿਸਟਰੀ ਚੱਕ ਕੇ ਪੜ੍ਹ ਕੇ ਦੇਖ ਲਓ ਇਹਨਾਂ ਨੇ ਅੰਗਰੇਜ਼ਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਂਦਾ ਪੂਰਾ ਭਾਰਤ 200 ਸਾਲ ਗੁਲਾਮ ਰਿਹਾ ਪੰਜਾਬ ਇਕੱਲਾ 100 ਸਾਲ ਤੋਂ ਘੱਟ ਗੁਲਾਮ ਰਿਹਾ ਕਾਰਨ ਗੁਲਾਮ ਹੋਣ ਦਾ ਇੱਕੋ ਸੀਗਾ ਗਦਾਰਾਂ ਦਾ ਕਾਰਨ ਸੀਗਾ ਹੁਣ ਵੀ ਉਹੀ ਕੰਮ ਚੱਲ ਰਿਹਾ ਹੁਣ ਹੁਣ ਵੀ ਪੰਜਾਬ ਦੇ ਗਦਾਰ ਹੁਣ ਜਿਹੜਾ ਸਮਾਂ ਬਦਲ ਗਿਆ ਹੁਣ ਬਿਜ਼ਨਸਮੈਨਾਂ ਦਾ ਅਡਾਨੀਆਂ ਅਡਵਾਨੀਆਂ ਦਾ ਸਮਾਂ ਆ ਚੁੱਕਿਆ ਇਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣ ਵਾਲੇ ਕੌਣ ਨੇਗੇ ਇਹ ਗੱਲ ਧਿਆਨ ਨਾਲ ਸੁਣ ਲਿਓ ਤੁਹਾਨੂੰ ਮੈਂ ਇੱਥੇ ਸੱਚ ਬੋਲਣ ਲਈ ਜਾ ਰਿਹਾ ਆਪਾਂ ਇੱਥੇ ਮੋਦੀ ਮੋਦੀ ਕਰੀਏ ਨਾ ਮੋਦੀ ਤਾਂ ਮੈਂ ਮੰਨਦਾ ਮੋਦੀ ਦਾ ਗਦਾਰ ਹੈਗਾ ਹੀ ਆ ਮੋਦੀ ਨੂੰ ਬਣਾਉਣ ਵਾਲੇ ਬਿਜ਼ਨਸਮੈਨ ਨੇ ਅਡਾਨੀ ਅਡਵਾਨੀ ਨੇ ਮੋਦੀ ਤਾਂ ਉਹਨਾਂ ਦੀ ਗੱਲ ਬੋਲੂਗਾ ਹੀ ਪਰ ਪੰਜਾਬ ਦੇ ਲੋਕੋ ਸਭ ਤੋਂ ਵੱਡੇ ਗਦਾਰ ਨੇ ਆਪਣੇ ਪੰਜਾਬ ਦੇ ਲੀਡਰ ਅਕਾਲੀ ਕਾਂਗਰਸੀ ਨੇ ਜਿਨ੍ਹਾਂ ਨੇ ਬਿੱਲ ਪਾਸ ਕਰਾਏ ਨੇਗੇ ਅੱਜ ਇਹ ਗੱਲਾਂ ਕਰਦੇ ਨੇਗੇ ਅਸੀਂ ਬਿਲਾਂ ਦੇ ਅਸੀਂ ਤੁਹਾਡੇ ਨਾਲ ਖੜੇ ਹਾਂ ਹੁਣ ਲੋਕ ਸਭਾ ਦੇ ਵਿੱਚ ਜਦੋਂ ਉੱਥੇ ਪਾਰਲੀਮੈਂਟ ਚੱਲਦੀ ਆ ਬੜੇ ਵੱਡੇ ਵੱਡੇ ਭਾਸ਼ਣ ਦਿੰਦੇ ਨੇ ਸਾਡੇ ਹੱਕ ਦੇ ਪਹਿਲਾਂ ਤਾਂ ਇਹਨਾਂ 'ਚ ਕੋਈ ਬੋਲਿਆ ਨਹੀਂਗਾ 117 MLA 13 MP ਰਾਜ ਸਭਾ ਮੈਂਬਰ ਇਹ ਸਾਰੇ ਗਦਾਰ ਨੇਗੇ ਇਹਨਾਂ ਨੇ ਕਰਕੇ ਆ ਬਿੱਲ ਪਾਸ ਹੋਏ ਨੇਗੇ ਹੁਣ ਵੀ ਇੰਨਾ ਸਮਾਂ ਹੋ ਗਿਆ ਅੰਦੋਲਨ ਚੱਲਦੇ ਨੂੰ ਆਪਾਂ ਨੂੰ ਜੰਗ ਜਿੱਤਣ 'ਚ ਟਾਈਮ ਕਿਉਂ ਲੱਗ ਰਿਹਾ ਆਹ ਦੱਲੇ ਪੰਜਾਬ ਦੇ ਲੀਡਰ ਹਜੇ ਵੀ ਭਾਜਪਾ ਦੇ ਨਾਲ ਮਿਲੇ ਹੋਏ ਨੇਗੇ ਇਹਨਾਂ ਕਰਕੇ ਸਾਨੂੰ ਟਾਈਮ ਲੱਗ ਰਿਹਾ ਦੱਲਿਆਂ ਕਰਕੇ ਇਹ ਸੱਚਾਈ ਆ ਇਹੀ ਬਾਦਲ ਅੱਜ ਜਿਵੇਂ ਪਹਿਲਾਂ ਅੰਗਰੇਜ਼ਾਂ ਨੂੰ ਇੱਥੇ ਪੰਜਾਬ ਦੇ ਵਿੱਚ ਲੈ ਕੇ ਆਉਂਦੇ ਸੀ ਉਹਨਾਂ ਨੇ ਇਹੀ ਬਾਦਲਾਂ ਨੇ ਅਡਾਨੀਆਂ ਅਡਵਾਨੀਆਂ ਦੇ ਨਾਲ ਯਾਰੀ ਲਾਈ ਪੰਜਾਬ ਦੇ ਵਿੱਚ ਸੈਲੋ ਬਣਾਏ ਇੱਥੇ ਉਹਨਾਂ ਨੇ ਅਡਵਾਨੀਆਂ ਨੂੰ ਪੰਜਾਬ ਨੂੰ ਇਹਨਾਂ ਨੇ ਵੇਚਿਆ ਇਸ ਲਈ ਮੇਰੀ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਆ ਮੇਰੇ ਲਈ ਜੋ ਮਰਜ਼ੀ ਆ ਮੈਂ ਕੋਈ ਲੀਡਰ ਨਹੀਂ ਬਣਨਾ ਇੱਥੇ ਮੈਂ ਕਹਿ ਕੇ ਜਾਣਾ ਕੋਈ ਮੈਂ ਪ੍ਰਧਾਨਗੀ ਨਹੀਂ ਲੈਣੀ ਜਿਹੜਾ ਵੀ ਪੰਜਾਬ ਦੀ ਗੱਲ ਕਰੂਗਾ ਬੇਸ਼ੱਕ ਲੱਖਾ ਹਜ਼ਾਣਾ ਬੇਸ਼ੱਕ ਦੀਪ ਸਿੱਧੂ ਆ ਭਾਨਾ ਸਿੱਧੂ ਉਹਦੇ ਪਿੱਛੇ ਜਾਨ ਮਾਰ ਨੂੰ ਤਿਆਰ ਆ ਮੈਂ ਪਹਿਲਾਂ ਵੀ ਕਦੇ ਪਿੱਛੇ ਨਹੀਂ ਹਟਿਆ ਪਹਿਲਾਂ ਵੀ ਮੈਂ ਖੇਤੀ ਬਦਲਾਅ ਦੀ ਗੱਲ ਕਰੀ ਸੀਗੀ ਮੈਨੂੰ ਪਤਾ ਪੰਜਾਬ ਦੇ ਹਾਲਾਤ ਕੀ ਨੇਗੇ ਪਹਿਲਾਂ ਮੈਂ ਗੱਲ ਕਰੀ ਸੀਗੀ ਪੰਜਾਬ ਦੀ ਖੇਤੀ ਬਦਲਣੀ ਚਾਹੀਦੀ ਆ ਆਹੀ MLA ਨੇ ਚੱਕ ਕੇ ਮੇਰੇ ਤੇ NDPS ਦਾ ਪਰਚਾ ਦਿੱਤਾ ਸੀਗਾ ਵੀ ਇਹ ਮੁੰਡਾ ਪੰਜਾਬ ਨੂੰ ਜਗਾਉਣ ਦੀ ਗੱਲ ਕਰਦਾ ਜਥੇਬੰਦੀਆਂ ਤੋਂ ਪਹਿਲਾਂ
टोल टैक्स जो घेरन की गल सी भाना सिद्धू ने दसी थी भी टोल टैक्स घेरो तो पहला टोल टैक्स मैं पट्टे सके देखे ने वीडियो इस करके पंजाब के नौजवानों मैं हूँ भी इतों स्टेज तो अपील करदा क्योंकि आवाज हर तक थावे पहुंचूगी असी जथेबंद आगुओं की असी हर एक गल की पालना करते हैं असी हर एक गलू मनण तैयार हाँ पर अंदोलन में पाड़न वाली गल् ना करो स्टेजा चढ़ के गल् तोड़न वाली गल् ना करो आ लखे सदाने बाई की गल कर ला मैं एक बार मेरी कोई वीडियो नहीं देखी जी इन्हें गल तोड़न वाली करी हो गल हो रही ने गया और गुजारा जी और दला जी नौजवानों का जोड़ा मेरा भी इस गल तो मन टुटिया टुटिया क्यों आ जो स्टेजा चढ़ के गल् बोल दती ने तो साडे नहीं है होर कौन ने खनौरी का बार्डर तोड़ के जाने वाले भाने सिद्धू वर्ग ही ने जो खनौरी का बार्डर तोड़ा सगा हफ्ता कहता सभी असं हफ्ता इतने से रुकेंगे पर उतो बार्डर तोड़िया तो असं दिल्ली के गए सारे नौजवानों ने अपना योगदान पाया आजादी वेले गांधी भी देश आजाद कराने चरखा चक्या भी योगदान होना है पर सब तो बड़ा जिहड़ा योगदान भारत नूं देश नूं आजाद कराने वाला साडे राजगुरु सुखदेव सिंह भगत सिंह वर्गों का सीगा वह फांसियां दे रस्सियां ते उन्होंने फांसियां ते चढ़े तां इह देश आजाद कराया होर कोई जाती मैं इत्थे गल कह देना चाहुंदा वी चरखा नाल नहीं आई इस करके असीं उस गुरु गोबिंद सिंह दे वारस हां असीं किते भी कुरबानी देण तों पिछे नहीं हटांगे पर टुच जिहां गल्लां करनियां बंद कर दो असीं तुहाडे तों मूहरे हो के अपनियां जानां देवांगे सत श्री अकाल पंजाब के नौजवानों मेरे भैनों ते मेरे भरावो जेडे बेला ने थोनू सबनों पता ही है ये पंजाब के लीडर ने लैके आते हैं पंजाब से कब्जा करना चाहते हैं इस करके मेरी थोड़े अगे हाथ बन के बेनती है इतने आगू साहबाना तक भी मेरी आवाज आऊगी भी इकट्ठे होकर जी लड़ाई लड़ो एकता दे विच बाला सरकार तो चाहदिया ने गिया भाजपा सरकार चाहती है पंजाब के लीडर चाहते हैं कि लोगों को पाड़ के रखा जाए लीडर का काम होंगे लोगों को पाड़ के रखना जोड़े लोग लड़ाइया लड़ते हैं गे जोड़े लोग संघर्ष करते हैं गे उन्होंने काम की आपको पाड़ के रखने का वो तो एको लीडर का एक काम होंगे एकता की गल करना जेकर पंजाब के लोगों को पाड़ के रखा भारत के लोगों को पाड़ के रखा 200 साल अंग्रेज राज करके हुण उही आपां दुबारे फिर गुलाम होण लई जा रहे हैं यही अडानी अडवानी वर्गे मोदी वर्गे पाड़ के रखना चाहते हैं मोदी नू अडानिया अडवानिया ने बनाया वो तो उन्होंने गल बोलूगा वो तो उन्होंने गल करूगा पंजाब के लोगों का पंजाब के लीडर का की हक मानता है भी असीं पंजाब के लोगों की गल करिए एम एल ए एम पी जिन्हें आप चुने हुए ने गे हुण सचेत हो जाओ पंजाब के लोगों थोड़े कोले मौका थोनू सौ लगे इतने सौ खा के जाओ एक मैं इतों होर गल अपील करना चाहना जिहड़ा भी पंजाब का नौजवान बेशक लखा सदाणा असीं लखे सदाणा बाई असीं कहना चाहुंदे आ भी उहनू पंजाब नू पंजाब नू अगे आना चाहिए वो साडा लीडर होना चाहिए सहमत इस गल ते हथ खड़े करके दसो यार असी दलिया का साथ थोड़ू देवे जिन्होंने पंजाब नू लुट के खा गए अकाली कांग्रेसियों का बाई बन के साथ देना छड़ दो इन्हों का एक ही काम है तो बड़े बड़े रजवाड़े ने अमीर घर के मुंडे ने गे अमीर ने गे महिला मनारा ने इन्होंने थोड़ी कित गल नहीं करनी दुनिया की वर्ल्ड की सब तो उपजाऊ धरती है पंजाब इतने भुने हुए दाने हरे होंगे ने गे अज साडे पंजाब के लोगों धरने से बैठने लिए मजबूर करता गुलाम बना के रखता इन्होंने गंदे लीडर ने यह भी जरूरी आने वाले समय के आ जरा सुधार कर लो ये मैं थोड़ू बार बार बेनती करता एम सी दोटा सगिया किमें लड़ाइया पाइया ने गिया हूँ इतने बीबा हरसिमरत कौर बादल वर्गिया सुखबीर बादल वर्गे बड़े बड़े बयान देंगे ने 2022 के सरकार आने से असं बदला लवेंगे वो इन्हों शर्म नहीं आती यही जी गल बोलदू और पंजाब के कोई विकास की गल कर लो पंजाब की कोई तरक्की की गल कर लो यार असी आही गल पिछे इन्हों जो मुख्य कारण इस समझो पंजाब के लोगों समझो पट्टो ना एक होकर रहो अज पहली बार ये गल हुई है कि लीडर पिछे ने ते लोग मूहरे ने गे समा तो नहीं ज्यादा लै रहा है ते पंजाब लोग मूहरे ने ते लीडर पिछे ने गए एवें जिक्र जो लीडर इन्होंने धौन तक गोडा धर के रखो पंजाब के बढ़ना दो इन्होंने साडे पंजाब नू बेच के रखता हुण बहुत सारे थावां ते अकालिया दिन वीडियो आदि ने गिया भी साढ़े तो बिलों से साइन नहीं है वो थोड़ा शर्म आनी चाहिए अच्छा सोशल नैटवर्क का जरिया आ वीडियो खोल के देख लो तुम पहला गल करते किसानों के बिल पक्ष देने सानू समझाने की कोशिश करते पंजाब के नौजवानों मैंने थोड़े अगे हाथ बन के बेनती है इतने जिन्हें भी लोग बैठे ने गे तुम सौ खा के जायो भी जोड़ा पंजाब के गुजार नहीं उन्होंने साथ नहीं देना सच का साथ देने लग जाओ थोड़ा पंजाब दुनिया से राज करूगा दुनिया से राज करूगा ये गल देख लो वीरो भरावो
मैं इन्ना एक बेनते करनी, मैं स्टेज का ज्यादा समा भी ना ले जा, बस एक ही गल करनी सी, एकता बना के रखियो। मैं इत्थे दोबारा फिर जिहड़ी अपील करदा, असी कोई अलग नहीं हैगे। जे कईआं नूं इह गल होऊगी वी इह नौजवान अलग स्टेज ला रहे ने, अलग एवें कर रहे नेगे, असी जथेबंदियां दे नाल आ, असी हमेशा नाल खड़े रहांगे। पर दो चार जिहड़ियां अपनियां गलतियां ने उहनां नूं सुधार लो, असी तुहाडे लई जाना देण नूं तैयार हाँ। बस लास्ट ते इक जकारा छड्डूंगा, बले सोहणियां। गल पता की आ वीरे, मैं तेरी गल समझ गया, जिहड़ी मेन गल आ यार पाड़ के रखना चाहुंदे ने, मैं जिहड़ा हत्थ हिलाता सी तेरी गल देख ली। पर आपां नूं इत्थे एकता दी लोड़ आ, जे दो बंदे कामले ने तां आपां सियाणे आ ना, आपां तां नौजवान सियाणे आ। इस करके आपां तां इकट्ठे हो के रहिए। तां मैं तुहानूं गल करना चाहुंदा वी आउण वाले समें दे विच इत्थों इक होर वी उपराला कर लो वी आपणा वी कोई आगू चंगा होणा चाहीदा बाई लखे सधाणे वर्गा। क्योंकि हुण कई थावां ते इक चीज़ देखण नूं आउंदी है भी आगू साहबान सारे कहते हैं भी अच्छे तक कट्ठे साढ़े वो बंदे हाथ ला के दिखावे। इतने गल इतों स्टेज पर यह भी गल कहनी चाहिए है भी कोई नौजवानों हाथ ला के दिखावे, मैं उसके लिए खड़ा। इसलिए यहोजी चीज़ की, यहोजी एक जुंट बनाने की, जथेबंदी बनाने की भी लड़ है। बस इन गल्ला करने। श्री वाहिगुरू जी का खालसा, श्री वाहिगुरू जी की। बहुत बहुत धन्यवाद।